ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਆਪਣੇ ਯੂਟਿਊਬ ਚੈਨਲ ਦਿਲਜੋਤ ਪਰਮਾਰ। ਦੋਸਤੋ, ਅੱਜ ਵੀਡੀਓ 'ਚ ਅਸੀਂ ਲੈ ਗਏ ਹਾਂ ਪੰਜਾਬੀ ਬੀਜ ਦਾ ਪੇਪਰ ਪ੍ਰੀ ਬੋਰਡ 2024 10th ਕਲਾਸ। ਠੀਕ ਹੈ ਦੋਸਤੋ, ਪਿਛਲੀ ਵੀ ਇੱਕ ਹੋਰ ਵੀਡੀਓ ਅਪਲੋਡ ਕੀਤੀ ਹੋਈ ਹੈ, ਜੇ ਤੁਸੀਂ ਉਹ ਨਹੀਂ ਦੇਖੀ ਤਾਂ ਕਮੈਂਟ ਸੈਕਸ਼ਨਾਂ 'ਚ ਉਹਦਾ ਲਿੰਕ ਮਿਲ ਜੂਗਾ। ਠੀਕ ਹੈ, ਸੋ ਦੋ ਵੀਡੀਓ ਹੋਰ ਹੋਣਗੀਆਂ, ਉਹਨਾਂ ਨੂੰ ਵੀ ਦੇਖ ਲਿਓ। ਠੀਕ ਹੈ ਦੋਸਤੋ, ਇਹ ਇੰਪੋਰਟੈਂਟ ਕੁਐਸਚਨ ਦੀ ਵੀਡੀਓਜ਼ ਤਾਂ ਮੈਂ ਲੈ ਕੇ ਆ ਰਿਹਾ ਹਾਂ ਕਿਉਂਕਿ ਤੁਹਾਨੂੰ ਪੇਪਰ 'ਚ ਜ਼ਿਆਦਾ ਤੋਂ ਜ਼ਿਆਦਾ ਆ ਜੇ ਪੇਪਰ। ਠੀਕ ਹੈ ਦੋਸਤੋ, ਇਹ 10 ਕੁਐਸਚਨ ਤਾਂ ਜ਼ਰੂਰ ਸ਼ੁਰੂ ਤੋਂ ਯਾਦ ਕਰਿਆ ਕਰੋ ਜਿਹੜੇ ਮੈਂ ਤੁਹਾਨੂੰ ਦੱਸਦਾ ਹੁੰਦਾ ਵਾਂ। ਠੀਕ ਹੈ, ਸੋ ਚਲੋ ਕਰਦੇ ਹਾਂ। 5 ਨੰਬਰ ਹੋ ਜਾਣਗੇ ਤੁਹਾਨੂੰ ਸੁੰਦਰ ਲਿਖਾਈ ਦੇ ਉੱਤੇ, ਇੱਕ ਹੋਰ ਪੇਪਰ ਜਲਦੀ ਤੋਂ ਜਲਦੀ ਅਪਲੋਡ ਕਰ ਦਿੱਤਾ ਜਾਵੇਗਾ। ਪੇਪਰ ਪੈਟਰਨ ਵੀ ਤੁਹਾਨੂੰ ਥੋੜ੍ਹਾ ਮੋਟਾ ਸਮਝਾ ਦਿੱਤਾ ਜਾਵੇਗਾ ਜਿਸ ਨਾਲ ਤੁਹਾਨੂੰ ਪੇਪਰ 'ਚ ਵਧੀਆ ਤੋਂ ਵਧੀਆ ਨੰਬਰ ਆ ਸਕਣ। ਸੋ ਪਹਿਲਾਂ ਤਾਂ ਤੁਹਾਨੂੰ 10 ਕੁਐਸਚਨ ਆਉਣੇ ਹੀ ਆਉਣੇ ਆ। ਸੋ ਪਹਿਲੇ ਦਾ ਆਂਸਰ ਦੇਖਦੇ ਹਾਂ, ਵਿਆਕਰਨ ਦੇ ਕਿਸ ਭਾਗ ਅਧੀਨ ਸ਼ਬਦਾਂ ਦਾ ਅਧਿਐਨ ਕੀਤਾ ਜਾਂਦਾ ਵਾ। ਸੋ ਇਹਦਾ ਆਂਸਰ ਆਜੂਗਾ ਜੀ ਸ਼ਬਦ ਬੋਧ। ਠੀਕ ਹੈ, ਸ਼ਬਦ ਬੋਧ। ਠੀਕ ਹੈ, ਸੋ ਦੋਸਤੋ ਜਿਹੜਾ ਵੀ ਆ ਜੇ ਧੁਨੀ ਬੋਧ, ਜੇ ਤਾਂ ਧੁਨੀਆਂ ਦਾ ਅਧਿਐਨ ਕੀਤਾ ਧੁਨੀ ਆ, ਉਹਦੇ ਜੇ ਤਾਂ ਸ਼ਬਦਾਂ ਦਾ ਅਧਿਐਨ ਕੀਤਾ ਜਾਂਦਾ ਸ਼ਬਦ ਬੋਧ। ਠੀਕ ਹੈ, ਇਹ ਤਾਂ ਤੁਹਾਨੂੰ ਪਤਾ ਲੱਗ ਗਿਆ, ਇਹ ਤਾਂ ਆਜੂਗਾ ਪੰਜਾਬੀ ਦੀ ਕਿਸੇ ਇੱਕ ਉਪਬੋਲੀ ਦਾ ਨਾਂ। ਠੀਕ ਹੈ, ਤੁਹਾਨੂੰ ਬਹੁਤ ਸਾਰੀਆਂ ਪਤਾ ਹੋਣੀਆਂ, ਮਾਝੀ, ਮਾਲਵੀ, ਦੁਆਬੀ, ਠੀਕ ਹੈ, ਪੁਆਧੀ, ਕਿੰਨੀਆਂ ਸਾਰੀਆਂ ਨੇ, ਕਿਸੇ ਇੱਕ ਦਾ ਨਾਂ ਲਿਖ ਦਿਓ। ਪੰਜਾਬੀ ਦੀਆਂ ਉਹ ਕਿਹੜੀਆਂ ਧੁਨੀਆਂ ਹਨ ਜਿਨ੍ਹਾਂ ਨਾਲ ਕੋਈ ਸ਼ਬਦ ਨਹੀਂ ਲੱਗ ਸਕਦਾ। ਠੀਕ ਹੈ, ਸੋ ਕਿਹੜੀਆਂ ਨੇ, ਇੱਕ ਤਾਂ ਨਹੀਂ ਆ। ਠੀਕ ਹੈ, ਸੋਰੀ ਗਲਤ ਲਿਖਤਾ, 5 ਨੇ। ਠੀਕ ਹੈ, ਸੋ ਦੇਖ ਲਓ ਕਿਹੜੀਆਂ ਕਿਹੜੀਆਂ, ਇੱਕ ਤਾਂ ਆਹ ਵਾਲਾ, ਠੀਕ ਹੈ, ਇੱਕ ਆਹਾ। ਠੀਕ ਹੈ, ਸੋ 2 ਹੋ ਗਏ ਅਤੇ 3 ਰਹਿ ਗਏ, ਨਾਣਾ, ਡਾੜਾ ਅਤੇ ਲੱਲਾ। ਠੀਕ ਹੈ, ਸੋ ਇਹ 5 ਨੇ, ਯਾਦ ਰੱਖ ਲਿਓ, ਲਿਖ ਲਿਓ। ਅਤੇ ਦੈਨ ਆਜੂਗਾ ਜੀ ਆਪਣੇ ਕੋਲ ਪੁਰਾਤਨ ਵਰਨਮਾਲਾ ਦੇ ਕਿੰਨੇ ਅੱਖਰ ਸੀਗੇ। ਠੀਕ ਹੈ, ਕਿੰਨੇ ਅੱਖਰ ਸੀਗੇ ਜੀ, 35। ਠੀਕ ਹੈ, 35। ਹੁਣ ਕਰਦੇ ਹਾਂ ਜੀ ਨੈਕਸਟ, ਦੁੱਖ ਅਤੇ ਮਿਠਾਸ ਕਿਸ ਕਿਸਮ ਦੇ ਨਾਮ ਨੇ, ਕਿਸ ਕਿਸਮ ਦੇ ਨਾਮ ਨੇ ਜੀ, ਇਹ ਹੈਗੇ ਜੀ ਭਾਵਵਾਚਕ ਨਾਂਵ ਲਿਖ ਲਿਓ ਆਪਣੇ ਆਪ। ਨੈਕਸਟ ਆਜੂਗਾ ਜੀ, ਅਸੀਂ ਸਾਰੇ ਪਤੰਗ ਉਡਾ ਰਹੇ ਹਾਂ, ਇਸ ਵਾਕ ਦੀ ਕਿਰਿਆ ਸਧਾਰਨ ਹੈ ਜਾਂ ਪ੍ਰੇਰਨਾਤਮਕ। ਸੋ ਇਹਦਾ ਆਂਸਰ ਹੈਗਾ ਜੀ ਪ੍ਰੇਰਨਾਤਮਕ। ਠੀਕ ਹੈ, ਸੋ ਨੈਕਸਟ ਆਜੂਗਾ ਜੀ, ਫਿੱਟੇ ਮੂੰਹ ਅਤੇ ਬੇਸ਼ਰਮ ਕਿਸ ਸ਼ਬਦ ਦੇ ਵਿਸਮਿਕ ਹਨ। ਠੀਕ ਹੈ, ਸੋ ਇਹਦਾ ਆਂਸਰ ਆਜੂਗਾ ਜੀ ਫਿਟਕਾਰਵਾਚਕ। ਠੀਕ ਹੈ, ਫਿਟਕਾਰਵਾਚਕ। ਅਤੇ ਹੁਣ ਕਰਦੇ ਹਾਂ ਜੀ ਨੈਕਸਟ ਹੈਗਾ ਜੀ, ਸਕੂਲ ਦੀ ਘੰਟੀ ਵੱਜ ਚੁੱਕੀ ਹੈ, ਇਹ ਵਾਕ ਕਿਸ ਨਾਲ ਸੰਬੰਧਿਤ ਹੈ। ਠੀਕ ਹੈ, ਵੱਜ ਚੁੱਕੀ ਹੈ ਮਤਲਬ ਭੂਤਕਾਲ। ਸੋ ਇਹਦਾ ਆਂਸਰ ਆਜੂਗਾ ਜੀ ਆਪਣੇ ਕੋਲ ਭੂਤਕਾਲ, ਜੋ ਬੀਤ ਗਿਆ। ਦੈਨ ਆਜੂਗਾ ਜੀ ਆਪਣੇ ਕੋਲ ਕਾਰੀਗਰ ਸ਼ਬਦ ਦਾ ਵਿਰੋਧੀ, ਕਾਰੀਗਰ ਦਾ ਕੀ ਸ਼ਬਦ ਵਿਰੋਧੀ ਹੋਊਗਾ ਜੀ, ਅਨਾੜੀ। ਠੀਕ ਹੈ, ਨੈਕਸਟ ਆਜੂਗਾ ਜੀ, ਆਦਰ ਸ਼ਬਦ ਦਾ ਇੱਕ ਸਮਾਨ ਅਰਥਕ। ਠੀਕ ਹੈ, ਕੋਈ ਵੀ ਲਿਖ ਦਿਓ, ਜਿਵੇਂ ਸਤਿਕਾਰ ਹੋ ਗਿਆ ਆਦਰ ਦਾ, ਸਤਿਕਾਰ, ਅਦਬ, ਮਾਣ, ਠੀਕ ਹੈ, ਬਹੁਤ ਸਾਰੇ ਹੁੰਦੇ ਆ, ਇੱਕ ਲਿਖਣਾ ਤੁਸੀਂ ਲਿਖ ਲਿਓ। ਨੈਕਸਟ ਆਜੂਗਾ ਜੀ, ਹੇਠ ਲਿਖਿਆਂ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਉੱਤੇ ਲਗਭਗ 100 ਸ਼ਬਦਾਂ ਵਿੱਚ, 400 ਸ਼ਬਦਾਂ ਦੇ ਵਿੱਚ ਲੇਖ ਲਿਖਣਾ। ਠੀਕ ਹੈ, ਜੋ ਕਿ ਹੋਊਗਾ ਜੀ ਸਾਨੂੰ ਕੋ 10 ਨੰਬਰਾਂ ਦਾ। ਠੀਕ ਹੈ, ਇਹਦੇ ਵਿੱਚ ਸਾਨੂੰ 5 ਆਪਸ਼ਨਾਂ ਦਿੱਤੀਆਂ ਗਈਆਂ, ਇੱਕ ਤਾਂ ਗੁਰੂ ਅਰਜਨ ਦੇਵ ਜੀ, ਸਾਡੇ ਇਮਤਿਹਾਰ, ਵਿਗਿਆਨਾਂ ਅਤੇ ਕਾਢਣਾ, ਠੀਕ ਹੈ, ਵਾਤਾਵਰਨ ਪ੍ਰਦੂਸ਼ਣ, ਬਿਜਲੀ ਦੀ ਬਚਤ। ਸੋ ਦੋਸਤੋ, ਇਹ 'ਚ ਸਾਡਾ ਤਿਉਹਾਰ ਜ਼ਿਆਦਾ ਤੁਹਾਨੂੰ ਮਤਲਬ ਵਧੀਆ ਵਾ, ਇਹਦੇ 'ਚ ਤੁਹਾਨੂੰ ਬਸ ਕੀ ਕਰਨਾ ਵਾ ਕਿ ਜਿੰਨੇ ਵੀ ਸਾਡੇ ਇੰਡੀਆ 'ਚ ਤਿਉਹਾਰ ਨੇ ਉਹ ਸਾਰੇ ਲਿਖ ਦੇਣੇ, ਜਿਵੇਂ ਵਿਸਾਖੀ ਹੋ ਗਿਆ, ਦਿਵਾਲੀ ਹੋ ਗਿਆ, ਇਹਦੇ ਬਾਰੇ ਹੀ ਲਿਖ ਦੇਣੇ। ਠੀਕ ਹੈ, ਸ਼ੁਰੂ 'ਚ ਪਹਿਲਾਂ ਇੱਕ ਪੈਰਾ ਲਿਖ ਦੇਣਾ ਜਾਣ ਪਛਾਣ ਕਿ ਇੱਥੇ ਬਹੁਤ ਸਾਰੇ
ਤਿਉਹਾਰ ਨੇ ਵਗੈਰਾ ਵਗੈਰਾ, ਠੀਕ ਹੈ, ਤਿਉਹਾਰਾਂ ਵਾਲਾ ਹੀ ਕਰਿਓ। ਅੱਖੀ ਡਿੱਠਾ ਮੇਲਾ ਆਉਣ ਦੇ ਬਹੁਤ ਚਾਂਸਿਸ ਆ। ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਨਾਨਕ ਦੇਵ ਜੀ, ਇਹਨਾਂ ਦੇ ਆਉਣ ਦੇ ਬਹੁਤ ਚਾਂਸਿਸ ਆ। ਠੀਕ ਹੈ, ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨ, ਮੈਂ ਤੁਹਾਨੂੰ ਆ ਕਰਾ ਤਾ ਲਵਾਂ। ਜਿਵੇਂ ਤੁਸੀਂ ਦੇਖ ਸਕਦੇ ਹੋ ਮੇਲੇ ਅਤੇ ਤਿਉਹਾਰ, ਜਾਣ ਪਛਾਣ ਲਿਖਣ ਤੋਂ ਬਾਅਦ ਕਿ ਪੰਜਾਬ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਹੈ। ਤਿਉਹਾਰ ਉਸ ਦਿਨ ਨੂੰ ਕਹਿੰਦੇ ਹਨ ਜਿਸ ਦਿਨ ਕੋਈ ਇਤਿਹਾਸਿਕ, ਮਿਥਿਹਾਸਿਕ, ਧਾਰਮਿਕ, ਸਮਾਜਿਕ ਸਭ ਮਨਾਇਆ ਜਾਂਦਾ ਹੈ। ਠੀਕ ਹੈ, ਅਤੇ ਸਾਰਾ ਇਹ ਤੁਸੀਂ ਪੜ੍ਹ ਲਿਓ। ਅਤੇ ਉਸ ਤੋਂ ਬਾਅਦ ਇੱਕ ਪੁਆਇੰਟ ਆ ਜਾਂਦਾ ਪੰਜਾਬ ਵਿੱਚ ਮਨਾਏ ਜਾਣ ਵਾਲੇ ਤਿਉਹਾਰ। ਠੀਕ ਹੈ, ਲੋਹੜੀ, ਮਾਘੀ, ਵਿਸਾਖੀ, ਦੁਸਹਿਰਾ, ਮਾਘੀ, ਠੀਕ ਹੈ, ਹੋਲੀ ਵਗੈਰਾ ਵਗੈਰਾ, ਲੋਹੜੀ ਅਤੇ ਮਾਘੀ ਦਾ ਤਿਉਹਾਰ। ਠੀਕ ਹੈ, ਫਿਰ ਇਹਨਾਂ ਦਾ ਦੱਸ ਦੇਣਾ ਕਿਵੇਂ ਮਨਾਇਆ ਜਾਂਦਾ। ਫਿਰ ਬਸੰਤ ਪੰਚਮੀ, ਬਸੰਤ ਪੰਚਮੀ ਬਾਰੇ ਦੱਸ ਦੇਣਾ ਵਾ। ਠੀਕ ਹੈ, ਹੋਲੀ, ਵਿਸਾਖੀ ਦਾ ਤਿਉਹਾਰ, ਜਨਮਅਸ਼ਟਮੀ ਅਤੇ ਰੱਖੜੀ, ਦੁਸਹਿਰੇ ਦਾ ਤਿਉਹਾਰ, ਦੀਵਾਲੀ, ਗੁਰਪੁਰਬ, ਈਦ, ਕ੍ਰਿਸਮਿਸ, ਕੌਮੀ ਤਿਉਹਾਰ, ਸਿੱਟਾ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਾਡਾ ਜੀਵਨ ਖੁਸ਼ੀਆਂ ਨਾਲ ਭਰਪੂਰ ਹੈ। ਇਹ ਮੇਲਿਆਂ ਤਿਉਹਾਰਾਂ ਸਾਡਾ ਪੰਜਾਬੀ ਭੰਗੜੇ ਪਾ ਕੇ ਮਨਾਇਆ ਜਾਂਦਾ। ਠੀਕ ਹੈ, ਸਾਰਾ ਕੁਛ ਲਿਖ ਦੇਣਾ। ਬਸ ਸ਼ੁਰੂ 'ਚ ਤੁਹਾਨੂੰ ਕੀ ਆ ਜਾਣ ਪਛਾਣ ਦੱਸ ਦੇਣੀ ਆ ਕਿ ਇਹ ਕਿਉਂ ਮਨਾਏ ਜਾਂਦੇ ਆ, ਅਤੇ ਫਿਰ ਸੈਕਿੰਡ 'ਚ ਕਿਹੜੇ ਕਿਹੜੇ ਮਨਾਏ ਜਾਂਦੇ ਆ, ਫਿਰ ਉਹਨਾਂ ਬਾਰੇ ਲਿਖ ਦੇਣਾ 5-6 ਬਾਰਿਆਂ। ਠੀਕ ਹੈ, ਸੋ ਇੱਦਾਂ ਹੀ ਆਪਾਂ ਨੂੰ ਵੱਡਾ ਜਿਹਾ ਬਣਾ ਲੈਣਾ ਜਿਹਦੇ ਕਰਕੇ ਸਾਨੂੰ ਉਹ 10 ਨੰਬਰ ਮਿਲ ਜਾਣ। ਠੀਕ ਹੈ, ਸੋ ਹੁਣ ਕਰਦੇ ਹਾਂ ਜੀ ਨੈਕਸਟ। ਸੋ ਬਾਕੀ ਤੁਸੀਂ ਆਪ ਦੇਖ ਲਿਓ, ਟਾਈਮ ਆਪਣੇ ਕੋਲ ਘੱਟ ਆ। ਜੇ ਤੁਹਾਨੂੰ ਨਹੀਂ ਮਿਲਦਾ ਤਾਂ ਪੰਜਾਬ ਐਜੂਕੇਟ 'ਤੇ ਜਾ ਕੇ ਤੁਸੀਂ ਲੈ ਸਕਦੇ ਹੋ। ਨੈਕਸਟ ਆਜੂ ਜੀ, ਆਪਣੇ ਜ਼ਿਲ੍ਹੇ ਦੇ ਕਮਿਸ਼ਨਰ ਨੂੰ ਦੱਸਣਾ ਮੈਰਿਜ ਪੈਲਸਾਂ ਦੀ ਉੱਚੀ ਡੀਜੇ ਸਾਊਂਡ ਦੇ ਕਰਕੇ ਤੁਹਾਨੂੰ ਪੜ੍ਹਨ ਦੇ ਵਿੱਚ ਆ ਰਹੀ ਆ ਰੋਕ ਲਾਉਣ ਲਈ, ਸੋਰੀ ਦੱਸਦੇ ਹੀ, ਤੁਹਾਨੂੰ ਕੋਈ ਰਸਾਲਾ ਚੰਗਾ ਲੱਗਾ ਹੈ, ਇਸ ਰਸਾਲੇ ਦੀਆਂ ਸਿਫਤਾਂ ਦੱਸਦੇ ਹੋਏ ਉਸ ਸੰਪਾਦਕ ਨੂੰ ਚਿੱਠੀ ਲਿਖੋ ਅਤੇ ਉਹ ਰਸਾਲਾ ਭੇਜਣ ਲਈ ਕਹੋ। ਚਲੋ ਦੇਖਦੇ ਹਾਂ, ਤੁਹਾਨੂੰ ਇਹਦੇ ਵਿੱਚ ਦੱਸਦਾ 2 ਨੰਬਰ ਤੁਹਾਨੂੰ ਉੱਤੇ ਲਿਖਣ ਦੇ ਹੋਣਗੇ ਸੇ ਸ਼੍ਰੀਮਾਨ ਜੀ ਤੱਕ, ਅਤੇ ਜਿਹੜਾ ਵਿਚਕਾਰੇ ਲਿਖੋਗੇ ਉਹਨੂੰ 3 ਨੰਬਰ ਦਾ, ਅਤੇ ਜਿਹੜਾ ਲਾਸਟ 'ਤੇ ਲਿਖੋਗੇ 1 ਨੰਬਰ ਦਾ, 6 ਨੰਬਰ ਹੋ ਜਾਣਗੇ ਜੀ ਆਪਣੇ। ਸੋ ਜਿਵੇਂ ਤੁਸੀਂ ਇਹਦਾ ਆਂਸਰ ਦੇਖ ਸਕਦੇ ਹੋ, ਠੀਕ ਹੈ, ਮੈਂ ਆਰਾ ਕਰਨ ਵਾਲੀ ਕਰਤੀ ਪਰ ਤੁਸੀਂ, ਠੀਕ ਹੈ ਦੋਸਤੋ, ਜਿਵੇਂ ਤੁਸੀਂ ਦੇਖ ਸਕਦੇ ਹੋ ਆਰਾ ਚਲਾਉਣ ਬਾਰੇ ਲਿਖੀ ਆ, ਬਟ ਤੁਸੀਂ ਇਹਦੇ ਵਿੱਚ ਆਰੇ ਨੂੰ ਕੱਟ ਕੇ ਚੀਜ਼ ਤੁਸੀਂ ਇਹਦੇ ਵਿੱਚ ਲਾ ਦਿਓ ਡੀਜੇ। ਠੀਕ ਹੈ, ਅਤੇ ਇਹ ਸਾਰਾ ਤੁਸੀਂ ਸ਼ੁਰੂ 'ਚ ਲਿਖ ਦੇਣਾ ਵਾ, ਡਿਪਟੀ ਕਮਿਸ਼ਨਰ ਨੂੰ ਲਿਖ ਰਹੇ ਹਾਂ ਆਪਾਂ ਸਾਰਾ ਕੁਛ, ਜਿਹਨੂੰ ਆਪਾਂ ਲਿਖ ਰਹੇ ਸੀਗੇ ਉਹਨੂੰ ਲਿਖ ਦੇਣਾ ਵਾ, ਅਤੇ ਫਿਰ ਉਸ ਤੋਂ ਬਾਅਦ ਲਿਖ ਦੇਣਾ ਕਿ ਸਾਨੂੰ ਪੜ੍ਹਨ ਦੇ ਵਿੱਚ ਰੁਕਾਵਟ ਆ ਰਹੀ ਆ, ਜਿਵੇਂ ਜਿਵੇਂ ਇਹ 'ਚ ਪ੍ਰੋਬਲਮਸ ਲਿਖੀਆਂ ਹੋਈਆਂ ਉਹ ਲਿਖ ਦੇਣੀਆਂ ਵਾ, ਫਿਰ ਐਂਡ 'ਤੇ ਆਪ ਜੀ ਦਾ ਸ਼ੁਭ ਚਿੰਤਕ, ਇਹ ਇਲਾਕਾ ਵਾਰਸੀ ਵਗੈਰਾ ਲਿਖ ਦੇਣਾ ਵਾ। ਦੈਨ ਆਜੂਗਾ ਜੀ ਰਸਾਲਾ ਬਾਰੇ, ਸੇਵਾ ਵਿਖੇ ਸੰਪਾਦਕ ਜੀ, ਠੀਕ ਹੈ, ਲਿਖ ਕੇ ਆਪਣੇ ਸਕੂਲ ਦਾ ਨਾਂ ਲਿਖ ਦਿਓ, ਫਿਰ ਆਪਣੇ ਜ਼ਿਲ੍ਹੇ ਦਾ ਨਾਂ ਲਿਖ ਕੇ ਵਿਸ਼ਾ ਮੰਗਾ ਲੈਣਾ ਰਸਾਲਾ ਮੰਗਾਉਣ ਬਾਰੇ, ਫਿਰ ਲਿਖ ਦੇਣਾ ਸ਼੍ਰੀਮਾਨ ਜੀ ਸਾਨੂੰ ਆਲੀ ਮਤਲਬ ਰਸਾਲਾ ਆਉਂਦੇ ਹਨ, ਮੈਨੂੰ ਬਹੁਤ ਪਸੰਦ ਲੱਗੀ, ਉਹਨੂੰ ਘਰ ਲਗਾਉਣਾ ਚਾਹੁੰਦਾ ਹਾਂ, ਬਸ ਇਹ ਲਿਖ ਕੇ ਆਪ ਜੀ ਦਾ ਵਿਸ਼ਵਾਸ ਪੱਤਰ ਜੈਸਮੀਨ, ਠੀਕ ਹੈ, ਮੱਲਾ ਲਿਖ ਕੇ, ਫਿਰ ਬਸ ਖਤਮ। ਅਤੇ ਉਸ ਤੋਂ ਬਾਅਦ ਆਜੂਗਾ ਜੀ ਹੇਠ ਲਿਖੇ ਪੈਰੇ ਦੀ ਸੰਖੇਪ ਰਚਨਾ ਕਰਨੀ ਆ, ਜੋ ਕਿ 1/3 ਸ਼ਬਦ 'ਚ ਹੁੰਦੀ ਆ। ਠੀਕ ਹੈ, 1 ਨੰਬਰ 'ਚ ਤਾਂ ਸਾਨੂੰ ਪਤਾ ਲੱਗ ਜੂਗਾ ਕਿ ਜੀ 1 ਨੰਬਰ 'ਚ ਇਹਦਾ ਸਿਰਲੇਖ ਕੱਢਣਾ ਅਤੇ 4 ਨੰਬਰ 'ਚ ਸੰਖੇਪ ਰਚਨਾ। ਸੋ ਸਿਰਲੇਖ ਤਾਂ ਤੁਹਾਨੂੰ ਸ਼ੁਰੂ 'ਚ ਹੀ ਮਿਲ ਜਾਂਦਾ ਹੁੰਦਾ, ਸੋ ਇਹਦਾ ਹੈਗਾ ਜੀ ਪੰਜਾਬੀ ਸੱਭਿਆਚਾਰ ਸਿਰਲੇਖ। ਚਲੋ ਹੁਣ ਇਹਦਾ ਆਂਸਰ ਦੇਖਦੇ ਹਾਂ ਪੂਰਾ। ਸੋ ਜਿਵੇਂ ਤੁਸੀਂ ਇਹਦੀ ਸੰਖੇਪ ਰਚਨਾ ਦੇਖ ਸਕਦੇ ਹੋ, ਪੰਜਾਬੀ ਸੱਭਿਆਚਾਰ ਕੇਵਲ ਗਿੱਧੇ ਭੰਗੜੇ ਵਾਲਾ ਸੱਭਿਆਚਾਰ ਨਾ ਹੋ ਕੇ ਬਹੁਤ ਹੀ ਚੇਤਨ ਅਤੇ ਕਰਨੀ ਪ੍ਰਧਾਨ ਸੱਭਿਆਚਾਰ ਹੈ। ਆਦਿ ਕਾਲ ਤੋਂ ਹੀ ਪੰਜਾਬੀ ਸੱਭਿਆਚਾਰ ਹਮਲਾਵਰਾਂ ਨਾਲ ਝੂਲਦਾ ਅਤੇ ਜਿੱਤਦਾ ਹੈ, ਅਤੇ ਅਣਖ ਆਪਾਂ ਵਾਰਨ, ਚੜ੍ਹਦੀ ਕਲਾ, ਦੇਸ਼ ਭਗਤੀ ਆਦਿ ਦੀਆਂ ਮਿਸਾਲਾਂ ਕਾਇਮ ਕਰਨ ਵਾਲਾ ਹੈ। ਠੀਕ ਹੈ, ਸੋ ਇਹ ਸਾਰਾ ਤੁਸੀਂ ਦੇਖ ਲਿਓ। ਹੁਣ ਕਰਦੇ ਹਾਂ ਜੀ ਨੈਕਸਟ। ਨੈਕਸਟ ਹੈਗਾ ਜੀ ਆਪਣੇ ਕੋਲ ਸਿੱਖਿਆ ਜੀਵਨ ਭਰ ਚੱਲਦੀ ਹੈ, ਇਹ ਸਾਨੂੰ ਪਹਿਰਾ ਦਿੱਤਾ ਹੋਇਆ, ਇਹਦੇ ਵਿੱਚ ਸਾਨੂੰ ਆਂਸਰ ਦੇਣੇ ਆ, ਲੇਖਕ ਦਾ ਸਿੱਖਿਆ ਤੋਂ ਕੀ ਭਾਵ ਹੈ। ਠੀਕ ਹੈ, ਸੋ ਸਿੱਖਿਆ ਤੋਂ ਕੀ ਭਾਵ ਆ ਲੇਖਕ ਦਾ,
ਇਹ ਤੁਸੀਂ ਇਹ ਚਲੋ ਪੜ੍ਹ ਲਿਓ ਆਪਣੇ ਆਪ, ਸਿੱਖਿਆ ਦੇ ਮੌਕੇ ਕਿਹੜੇ ਕਿਹੜੇ ਹੋ ਸਕਦੇ ਆ, ਠੀਕ ਹੈ। ਸੋ ਦੇਖ ਸਕਦੇ ਹੋ ਵੱਡੇ ਵੱਡੇ ਸ਼ਹਿਰਾਂ ਵਿੱਚ ਸਿੱਖਿਆ ਦੀ ਹੋਰ ਕਿਹੜੀਆਂ ਸਹੂਲਤਾਂ ਹਨ, ਠੀਕ ਹੈ। ਵੈਸੇ ਅੱਜ ਕੱਲ੍ਹ ਵੱਡੇ ਵੱਡੇ ਸ਼ਹਿਰਾਂ 'ਚ ਛੋਟੇ ਕੋਰਸ ਖਾਣੇ ਪਕਾਉਣ ਵਾਲੇ, ਠੀਕ ਹੈ, ਸਾਰਾ ਲਿਖੇ ਹੋਏ ਆ, ਇਹ ਤੁਸੀਂ ਆਪ ਕਰ ਲਿਓ, ਬਹੁਤ ਸੌਖਾ ਵਾ। ਸੋ ਹੁਣ ਕਰਦੇ ਹਾਂ ਨੈਕਸਟ, ਹੇਠ ਲਿਖੇ ਮੁਹਾਵਰਿਆਂ ਵਿੱਚੋਂ ਕਿਸੇ ਚਾਰ ਮੁਹਾਵਰਿਆਂ ਨੂੰ ਕਰਨਾ, ਬਟ ਹੁਣ ਤੁਹਾਡੇ 'ਚ ਪੈਟਰਨ ਚੇਂਜ ਹੋਇਆ ਤਾਂ ਇਹਦੇ ਵਿੱਚ 6 ਕਰਨੇ ਆ, ਠੀਕ ਹੈ। 6 ਮਤਲਬ 6 ਨਹੀਂ ਕਰਨੇ, 6 ਨੰਬਰ ਦੇ ਹੋਣਗੇ ਅਤੇ 3 ਤੁਹਾਨੂੰ ਮੁਹਾਵਰੇ ਕਰਨੇ ਆ, ਇੰਨੇ ਦਿੱਤੇ ਹੋਣਗੇ। ਸੋ 19-21 ਦਾ ਫਰਕ ਹੋਣਾ, ਮਤਲਬ ਥੋੜ੍ਹਾ ਜਿਹਾ ਫਰਕ ਹੋਣਾ, ਜਿਵੇਂ ਦਾਲ 'ਚ 19-21 ਦਾ ਫਰਕ ਰਹਿ ਗਿਆ ਹੈ, 19-21 ਦਾ ਫਰਕ ਰਹਿ ਗਿਆ, ਮਤਲਬ ਲੂਣ ਦਾ 19-21 ਦਾ ਮਤਲਬ ਘੱਟ। ਅੱਖਾਂ ਦਿਖਾਉਣਾ, ਠੀਕ ਹੈ। ਸੋ ਹੀ ਮੈਨੂੰ ਉਹ ਅੱਖਾਂ ਦਿਖਾ ਰਿਹਾ ਸੀਗਾ, ਇਹੋ ਜਿਹਾ ਹੀ ਆਜੂਗਾ ਸੈਂਟੈਂਸ ਇੱਥੇ, ਸਿਰ 'ਤੇ ਹੱਥ ਧਰਨਾ, ਠੀਕ ਹੈ। ਸੋ ਕਿਸੇ ਨੂੰ ਸਮਝਾ ਕੇ ਪਰ ਉਹ ਸਮਝੇ ਨਾ, ਇੱਦਾਂ ਮੈਂ ਉਹਨੂੰ ਸਮਝਾਉਂਦੇ ਸਮਝਦੇ ਥੱਕ ਗਿਆ ਅਤੇ ਸਿਰ 'ਤੇ ਹੱਥ ਮਾਰਨ ਧਰਨ ਲੱਗਾ। ਕਰਮਾਂ ਨੂੰ ਰੋਣਾ, ਠੀਕ ਹੈ, ਕਰਮਾਂ ਨੂੰ ਰੋਣਾ ਮਤਲਬ ਉਹੀ ਦੁੱਖ 'ਚ ਹੋਣਾ। ਤਰਲੋ ਮੱਛੀ ਹੋਣਾ ਮਤਲਬ ਬਹੁਤ ਕਾਲੀ ਹੋਣਾ ਵਾ, ਠੀਕ ਹੈ, ਬਣਾ ਲਿਓ। ਨੱਕ 'ਤੇ ਨਕੇਲ ਪਾਉਣਾ, ਠੀਕ ਹੈ, ਨੱਕ 'ਤੇ ਨਕੇਲ ਪਾਉਣਾ ਮਤਲਬ ਉਹਨੂੰ ਕੱਸ ਕੇ ਰੱਖਣਾ, ਫੜ ਕੇ ਰੱਖਣਾ ਚੱਜ ਨਾਲ, ਠੀਕ ਹੈ, ਆਪਣੇ ਕਹਿਣੇ 'ਚ ਰੱਖਣਾ। ਪਾਣੀ ਵਾਰ ਕੇ ਪੀਣਾ, ਪਾਣੀ ਜਿਵੇਂ ਵਿਆਹ ਤੋਂ ਵਾਰ ਕੇ ਨਹੀਂ ਪੀਂਦੇ ਉਹ ਵਾਲਾ ਲਿਖ ਦਿਓ ਸੈਂਟੈਂਸ। ਲੈਣੇ ਦੇ ਦੇਣੇ ਪੈ ਜਾਣੇ ਮਤਲਬ ਕੰਮ ਨੂੰ ਪੁੱਠੇ ਪੈ ਜਾਣਾ, ਕੰਮ ਪੁੱਠਾ ਪੈ ਜਾਣਾ, ਤੁਹਾਨੂੰ ਪਤਾ ਹੀ ਹੋਊ। ਵਾਲ ਵਿੰਗਾ ਨਾ ਹੋਣਾ, ਠੀਕ ਹੈ, ਮਤਲਬ ਕੁਛ ਫਰਕ ਨਾ ਪੈਣਾ, ਕੱਚਾ ਹੋਣਾ ਮਤਲਬ ਜੀ ਕੱਚਾ ਹੋ ਰਿਹਾ ਉਹ ਵਾਲਾ, ਠੀਕ ਹੈ। 22 ਵਿਸ਼ਰਾਮ ਚਿੰਨ੍ਹ ਲਗਾਉਣੇ ਆ ਹੁਣ ਸਾਨੂੰ, 2 ਨੰਬਰਾਂ ਦੇ ਇੱਥੇ ਆ ਰਹੇ ਆ ਜੀ। ਵਿਸ਼ਰਾਮ ਚਿੰਨ੍ਹ ਲਗਾ ਕੇ ਦੁਬਾਰਾ ਲਿਖੋ, ਬਈ ਵਾਹ ਤੂੰ ਕਮਾਲ ਕਰ ਦਿੱਤੀ ਹੈ ਇਹ ਜਮਾਤ ਵਿੱਚੋਂ ਅਵਲ ਆ ਕੇ। ਸੋ ਜਿਵੇਂ ਤੁਸੀਂ ਦੇਖ ਸਕਦੇ ਹੋ 22 ਤੋਂ ਬਾਅਦ ਆਪਾਂ ਨੂੰ ਇੱਕ ਕੌਮਾ ਪੈ ਜੂਗਾ ਅਤੇ ਫਿਰ ਇੱਥੇ ਇੱਕ ਡੰਡਾ ਐਂ ਵਾਲਾ, ਫਿਰ ਇਹਦੇ ਉੱਤੇ ਕੌਮੇ ਪੈ ਜਾਣਗੇ, ਤੂੰ ਦੇ ਉੱਤੇ ਆਹ ਵਾਲੇ ਕੌਮੇ ਤੂੰ ਤੇ ਹੈ ਨਾ ਕਰ ਦਿੱਤਾ ਹੈ, ਠੀਕ ਹੈ। 6 ਲੱਗਣੇ ਚਾਹੀਦੇ ਘੱਟੋ ਘੱਟ। ਸੋ ਇੱਕ ਇੱਥੇ ਆਹ ਹੈ ਅਤੇ ਲੱਗ ਜੂ, ਫਿਰ ਇਹਦੇ ਉੱਤੇ ਬੰਦ ਹੋ ਜੂ ਜਮਾਤ ਵਿੱਚੋਂ ਅਵਲ ਆ ਕੇ, ਅਵਲ ਆ ਕੇ ਅਤੇ ਇੱਥੇ ਲਾਸਟ 'ਤੇ ਡੰਡੀ। ਚਲੋ ਹੁਣ ਕਰਦੇ ਹਾਂ ਨੈਕਸਟ। ਸੋ ਦੋਸਤੋ ਆਪਾਂ ਨੂੰ ਮਿਲ ਰਿਹਾ 3 ਨੰਬਰ ਦੇ, ਠੀਕ ਹੈ, ਕੁਸ਼ਚਨ ਇਹਦੇ ਵਿੱਚੋਂ ਇਹ ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਸੰਖੇਪ ਉੱਤਰ ਦਿਓ, ਠੀਕ ਹੈ, 3 ਨੰਬਰ ਦੇ ਹੋਣਗੇ। ਚਲੋ ਹੁਣ ਨਵੇਂ ਪੈਟਰਨ ਦੇ ਹਿਸਾਬ ਨਾਲ ਵੀ ਦੇਖ ਲਈਏ ਕੀ ਆ, ਠੀਕ ਹੈ। 3 ਕੁਸ਼ਚਨ ਆ ਅਤੇ ਇੰਨੇ ਇਹ ਦੱਸ ਰਿਹਾ, ਚਲੋ ਦੇਖਦੇ ਹਾਂ। ਸੋ ਇਹਦੇ ਵਿੱਚ ਦੱਸ ਰਿਹਾ ਜੀ, ਇਸ ਪ੍ਰਸ਼ਨ ਭਾਗ ਵਿੱਚ ਵਿਆਕਰਨ ਦੀ ਪਰਿਭਾਸ਼ਾ ਪੁੱਛੀ ਜਾ ਸਕਦੀ ਹੈ, ਮੰਤਵ ਪੁੱਛੀ ਜਾ ਸਕਦਾ, ਅੰਗ ਪੁੱਛਿਆ ਜਾ ਸਕਦਾ, ਭਾਸ਼ਾ ਅਤੇ ਪੰਜਾਬੀ ਭਾਸ਼ਾ ਅਤੇ ਉਪ ਭਾਸ਼ਾ ਬੋਲੀ ਜਾ ਪੁੱਛ ਜਾ ਸਕਦੀਆਂ, ਟਕਸਾਲੀ ਜਾਂ ਮਿਆਰੀ ਭਾਸ਼ਾ ਜਾਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪੁੱਛੇ ਜਾ ਸਕਦੇ ਆ, ਜੋ ਕਿ 2 ਪੁੱਛੇ ਜਾਣਗੇ ਜੋ ਕਿ ਹੋਣਗੇ 4 ਨੰਬਰਾਂ ਦੇ। ਅਤੇ ਐੜੇ ਦੇ ਵਿੱਚ ਪੁੱਛਿਆ ਜਾ ਸਕਦਾ ਧੁਨੀ ਅਤੇ ਪੰਜਾਬੀ ਧੁਨੀਆਂ ਦੀਆਂ ਸਵਰ ਵਿਅੰਜਨ ਨਾਕਸਿਕ ਵਿਅਰ ਨਾਕਸਿਕ ਵਿਅੰਜਨ ਬਾਰੇ ਪ੍ਰਸ਼ਨ ਪੁੱਛਿਆ ਜਾ ਸਕਦਾ, ਜੋ ਕਿ 2 ਨੰਬਰ ਦਾ ਹੋਊਗਾ। ਚਲੋ ਕਰੀਏ। ਸੋ ਇਹਦੇ ਵਿੱਚ ਆਪਾਂ ਨੂੰ ਸਭ ਤੋਂ ਪਹਿਲਾਂ ਪੁੱਛਿਆ ਹੈ ਵਿਆਕਰਨ ਦੇ ਮੁੱਖ ਅੰਗ ਕਿਹੜੇ ਕਿਹੜੇ ਹਨ, ਸ਼ਬਦ ਕਿੰਨੀ ਪ੍ਰਕਾਰ ਦੇ ਹੁੰਦੇ ਹਨ, ਟਕਸਾਲੀ ਜਾਂ ਮਿਆਰੀ ਭਾਸ਼ਾ ਵਿੱਚ ਪਰਿਭਾਸ਼ਾ ਦਿਓ। ਚਲੋ ਦੇਖਦੇ ਹਾਂ, ਅਤੇ ਫਿਰ ਐੜਾ ਵਾਲਾ ਵੀ ਦੇਖ ਲਓ, ਨਾਕਸੀ ਧੁਨੀਆਂ ਦੀ ਪਰਿਭਾਸ਼ਾ ਦਿਓ। ਸੋ ਜਿਵੇਂ ਤੁਸੀਂ ਇੱਥੇ ਦੇਖ ਸਕਦੇ, ਵਿਆਕਰਨ ਦੇ ਵਿਤਾਰੇ ਦੀ ਵਿਆਖਿਆ, ਇਸ ਲਈ ਭਾਸ਼ਾ ਦੇ ਵੱਖ ਵੱਖ ਅੰਗ ਦਾ ਅਧਿਐਨ ਕੀਤਾ ਜਾਂਦਾ ਹੈ, ਧੁਨੀ ਬੋਧ, ਸ਼ਬਦ ਬੋਧ, ਵਾਕ ਬੋਧ। ਇਸ ਤੋਂ ਇਲਾਵਾ ਵਿਆਕਰਨ ਦੇ ਵਿਸ਼ਰਾਮ ਚਿੰਨ੍ਹ ਜੋੜਾਂ ਦਾ ਮੁੱਖ ਭਾਗ ਆ। ਇਹ ਸੀ ਇਹਦਾ ਆਂਸਰ, ਅਤੇ ਹੁਣ ਕਰਦੇ ਹਾਂ ਨੈਕਸਟ। ਅਤੇ ਤੁਸੀਂ ਇਹਦਾ ਆਂਸਰ ਦੇਖ ਸਕਦੇ ਹੋ, ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਆ, 8 ਪ੍ਰਕਾਰ ਦੇ, ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਨ, ਸੰਬੰਧਕ, ਯੋਜਕ, ਵਿਸਮਿਕ, ਠੀਕ ਹੈ। ਸੋ 8 ਪ੍ਰਕਾਰ ਦੇ, ਹੁਣ ਕਰਦੇ ਹਾਂ ਨੈਕਸਟ। ਟਕਸਾਲੀ ਜਾਂ ਮਿਆਰੀ ਭਾਸ਼ਾ ਦੀ, ਠੀਕ ਹੈ, ਸੋ ਦੇਖ ਸਕਦੇ ਹੋ, ਭਾਸ਼ਾ ਦੇ ਕਿਸੇ ਖੇਤਰ ਦੀ ਕੇਂਦਰੀ ਭਾਸ਼ਾ ਹੁੰਦੀ ਹੈ, ਜਿਵੇਂ ਪੰਜਾਬ ਦੀ ਪ੍ਰਦੇਸ਼ਕ ਸਾਹਿਤ ਕੇਂਦਰੀ ਅਰਥਾਤ ਲਾਹੌਰ ਅਤੇ ਅੰਮ੍ਰਿਤਸਰ ਮਾਝੇ ਦੀ ਬੋਲੀ ਬੋਲੀ ਜਾਂਦੀ ਹੈ। ਇਸ ਮਾਝੀ ਸੁਆਰੀ ਅਤੇ ਨੇਮਬੰਦ ਬੁੱਧ
ਹੁੰਦੀ ਹੈ। ਇਹ ਪ੍ਰਦੇਸ਼ਕ ਲੇਖਕਾਂ ਅਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਬੋਲੀ ਜਾਂਦੀ ਹੈ। ਇਸ ਵਿੱਚ ਅਖਬਾਰਾਂ ਛਪਦੀਆਂ ਹਨ ਅਤੇ ਇਹੋ ਜਿਹੀਆਂ ਹੀ ਸਿੱਖਿਆ ਦਾ ਮਾਧਿਅਮ ਹੈ। ਚਲੋ ਹੁਣ ਕਰਦੇ ਹਾਂ ਨੈਕਸਟ। ਸੋ ਜਿਵੇਂ ਤੁਸੀਂ ਦੇਖ ਸਕਦੇ ਨਾਸਿਕ ਧੁਨੀਆਂ ਦੀ ਪਰਿਭਾਸ਼ਾ ਜਾਂ ਕੀ ਹੁੰਦੀਆਂ ਨੇ, ਠੀਕ ਹੈ, ਜਿਹੜੀਆਂ ਧੁਨੀਆਂ ਨੱਕ ਵਿੱਚੋਂ ਚਾਰਦੀਆਂ ਹਨ, ਠੀਕ ਹੈ, ਉਹਨਾਂ ਨੂੰ ਨਾਕਸਿਕ ਕਿਹਾ ਜਾਂਦਾ, ਜਿਹੜੀ ਨੱਕ 'ਚ ਆਵਾਜ਼ ਕੱਢਦੀਆਂ, ਜਿਵੇਂ ਨਈਆਂ, ਨਾ, ਨੰਨਾ, ਮੰਮਾ, ਠੀਕ ਹੈ। ਸੋ ਹੁਣ ਕਰਦੇ ਹਾਂ ਜੀ ਨੈਕਸਟ। ਨੈਕਸਟ ਆ ਜੂਗੇ ਜੀ ਆਪਣੇ ਕੋਲ ਕੁਸ਼ਚਨਸ। ਜਿਵੇਂ ਤੁਸੀਂ ਦੇਖ ਸਕਦੇ ਹੋ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਲਿਪੀ ਕੀ ਹੁੰਦੀ ਹੈ? ਮੁਖਤਾ, ਠੀਕ ਹੈ, ਨਾਂਵ ਜਾਂ ਸੰਬੰਧਕ ਦੀ ਪਰਿਭਾਸ਼ਾ ਉਦਾਹਰਨ ਨਾਲ ਸਹਿਤ ਦਿਓ, ਠੀਕ ਹੈ। ਫਿਰ ਕਿਸਮਾਂ ਵੀ ਪੁੱਛੀਆਂ ਜਾ ਸਕਦੀਆਂ। ਇੱਕ ਤਾਂ ਤੁਹਾਨੂੰ ਆਹ ਮੈਂ ਕੁਸ਼ਚਨ ਦੱਸਦਾ, ਨਾਂਵ, ਠੀਕ ਹੈ, ਪੜਨਾਂਵ, ਵਿਸਮਿਕ, ਕਿਰਿਆ ਵਿਸ਼ੇਸ਼ਣ, ਵਿਸ਼ੇਸ਼ਣ, ਠੀਕ ਹੈ, ਇਹਨਾਂ ਦੇ ਵਿੱਚੋਂ ਤੁਹਾਨੂੰ ਪਰਿਭਾਸ਼ਾ ਪੁੱਛੀ ਜਾ ਸਕਦੀ ਹੈ। ਨਾਂਵ, ਪੜਨਾਂਵ ਦੀਆਂ ਪਰਿਭਾਸ਼ਾ ਤੁਹਾਡੇ ਤੋਂ ਜ਼ਿਆਦਾ ਪੁੱਛੀਆਂ ਜਾ ਸਕਦੀਆਂ, ਉਦਾਹਰਨਾਂ ਵੀ ਦੇਣੀਆਂ ਪੈਣੀਆਂ ਤੁਹਾਨੂੰ ਨਾਲ, ਅਤੇ ਕਿਸਮਾਂ ਵੀ ਜ਼ਰੂਰ ਪੁੱਛਣਗੀਆਂ, ਠੀਕ ਹੈ, ਕਿਰਿਆ ਉਹਦੀਆਂ ਕਿਸਮਾਂ ਪੁੱਛ ਲੈਣਗੀਆਂ, ਭਾਵੇਂ ਨਾਂਵ ਦੀਆਂ, ਜਿਵੇਂ ਆਮ ਨਾਂਵ, ਖਾਸ ਨਾਂਵ, ਇਹਦੀਆਂ ਕਿਸਮਾਂ ਪੁੱਛ ਲੈਣਗੀਆਂ। ਸੋ ਕਿਸਮਾਂ ਅਤੇ ਪਰਿਭਾਸ਼ਾ ਜ਼ਰੂਰ ਯਾਦ ਰੱਖਿਓ ਇਹਨਾਂ ਦੀਆਂ। ਸੋ ਤੁਹਾਨੂੰ ਮੈਂ ਦੱਸਦਾ ਹੁਣ। ਸੋ ਪਹਿਲਾਂ ਤਾਂ ਹੈਗਾ ਲਿਪੀ। ਭਾਸ਼ਾ ਦੀਆਂ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਕੁਝ ਚਿੰਨ੍ਹ ਵਰਤੇ ਜਾਂਦੇ ਹਨ, ਉਹਨਾਂ ਨੂੰ ਲਿਪੀ ਕਿਹਾ ਜਾਂਦਾ, ਠੀਕ ਹੈ। ਸੋ ਜਿਵੇਂ ਤੁਸੀਂ ਦੇਖ ਸਕਦੇ ਮੁਕਤਾ ਕੀ ਹੈ? ਇਹ ਇੱਕ ਹੰਸਵ ਲਗ ਹੈ ਜਿਸ ਦਾ ਕੋਈ ਚਿੰਨ੍ਹ ਨਹੀਂ, ਇਸ ਦੀ ਆਵਾਜ਼ ਨਹੀਂ, ਇਸ ਦੇ ਆਵਾਜ਼ ਦੇ ਅ ਦੇ ਬਰਾਬਰ ਹੁੰਦੀ ਹੈ, ਜਿਵੇਂ ਘੋੜਾ, ਠੀਕ ਹੈ। ਸੋ ਹੁਣ ਕਰਦੇ ਨੈਕਸਟ। ਨੈਕਸਟ ਹੈਗਾ ਜੀ ਆਪਣਾ ਨਾਂਵ ਜਾਂ ਸੰਬੰਧਕ ਦੀ ਪਰਿਭਾਸ਼ਾ ਦੇਣੀ ਆ ਜਾਂ ਫਿਰ ਇਹਦਾ ਦੇਣੀ ਆ, ਠੀਕ ਹੈ, ਇੱਕ ਦੀ ਦੇਣੀ ਆ, ਇਹਨਾਂ ਦੋਨਾਂ 'ਚੋਂ ਮੈਂ ਤੁਹਾਨੂੰ ਦੋਨੋਂ ਕਰਾ ਦੂੰਗਾ ਜ਼ਿਆਦਾ ਤੋਂ ਜ਼ਿਆਦਾ। ਕਿਰਿਆ ਵਿਸ਼ੇਸ਼ਣ ਦੀਆਂ ਕੋਈ ਦੋ ਕਿਸਮਾਂ ਵੀ ਦੇਖਣੀਆਂ। ਕਿਰਿਆ ਵਿਸ਼ੇਸ਼ਣ ਦੀਆਂ ਦੋ ਕਿਸਮਾਂ ਦੇਖ ਲਓ। ਇੱਕ ਤਾਂ ਹੈਗਾ ਜੀ ਕਾਲਵਾਚਕ ਕਿਰਿਆ, ਠੀਕ ਹੈ, ਇੱਕ ਸਥਾਨਵਾਚਕ, ਠੀਕ ਹੈ। ਕਾਲਵਾਚਕ 'ਚ ਜਦ, ਕਦੋਂ, ਕਦੀ ਹੁੰਦੀ, ਇਹ ਸਾਰਾ ਲਿਖਿਆ ਹੋਇਆ ਵਾ। ਸਥਾਨਵਾਚਕ ਬਾਹਰੋਂ, ਅੰਦਰੋਂ, ਅੰਦਰ ਬਠਾਲੇ, ਉੱਤੇ, ਨੀਚੇ, ਇਹ ਸਾਰਾ ਲਿਖਿਆ ਹੋਇਆ। ਨਾਂਵ ਦੀ ਪਰਿਭਾਸ਼ਾ ਦੇਖ ਲਓ। ਨਾਂਵ ਉਹਨਾਂ ਸ਼ਬਦਾਂ ਨੂੰ ਆਖਿਆ ਜਾਂਦਾ ਜਿਨ੍ਹਾਂ ਨੂੰ ਅਸੀਂ ਕਿਸੇ ਮਨੁੱਖ ਦਾ ਨਾਂ ਲੈਂਦੇ ਹਾਂ, ਥਾਵਾਂ ਦਾ, ਚੀਜ਼ਾਂ ਦਾ, ਜਿਵੇਂ ਸੁਰਜੀਤ, ਮਨਜੀਤ, ਰਾਮ, ਠੀਕ ਹੈ, ਇਹ ਹੋ ਗਿਆ, ਠੀਕ ਹੈ। ਇੱਥੇ ਹੋ ਜਾਂਦੇ ਜੀ ਆਪਣਾ ਕੰਪਲੀਟ। ਨੈਕਸਟ ਆ ਜੀ ਹੇਠ ਲਿਖੇ ਵਾਕ ਦਾ ਵਚਨ ਬਦਲੋ ਅਤੇ ਲਿੰਗ ਬਦਲੋ, ਠੀਕ ਹੈ। ਪਹਿਲਾਂ ਆਪਾਂ ਨੂੰ ਬਦਲਣਾ ਇਹਦਾ ਲਿੰਗ, ਸੋਰੀ, ਵਚਨ ਬਦਲਦੇ ਹਾਂ। ਮੇਰਾ ਹਰਮਨ ਪਿਆਰਾ ਲੇਖਕ ਬਾਲ ਲੇਖਕ ਹੈ, ਠੀਕ ਹੈ, ਮੇਰੇ ਹਰਮਨ ਪਿਆਰੇ ਲੇਖਕ ਬਾਲ ਲੇਖਕ ਹਨ, ਠੀਕ ਹੈ, ਵਚਨ ਬਦਲ ਅਤੇ ਲਿੰਗ। ਮੇਰੀ ਹਰਮਨ ਪਿਆਰੀ ਲੇਖਿਕਾ ਬਾਲ ਲੇਖਿਕਾ ਹੈ, ਠੀਕ ਹੈ। ਸੋ ਨੈਕਸਟ ਆ ਜੂਗਾ ਜੀ ਹੇਠ ਲਿਖੇ ਵਿੱਚ ਭੂਤਕਾਲ ਅਤੇ ਭਵਿੱਖ ਕਾਲ ਵਿੱਚ ਬਦਲਣ ਉਪਰੰਤ ਦੋ ਵੱਖਰੇ ਵੱਖਰੇ ਵਾਕ ਲਿਖੋ, ਠੀਕ ਹੈ। ਸਾਡੇ ਬਜ਼ੁਰਗ ਲੱਸੀ ਪੀਂਦੇ ਅਤੇ ਗੁੜ ਖਾਂਦੇ ਹਨ। ਸਾਡੇ ਬਜ਼ੁਰਗ ਲੱਸੀ ਪੀਂਦੇ ਸੀ ਅਤੇ ਗੁੜ ਖਾਂਦੇ ਸੀ। ਇੱਦਾਂ ਵੀ ਹੋ ਸਕਦਾ ਸਾਡੇ ਬਜ਼ੁਰਗ ਲੱਸੀ ਪੀਂਦੇ ਅਤੇ ਗੁੜ ਖਾਂਦੇ ਸੀ, ਠੀਕ ਹੈ। ਭਵਿੱਖ ਕਾਲ, ਸਾਡੇ ਬਜ਼ੁਰਗ ਲੱਸੀ ਪੀਣਗੇ ਅਤੇ ਗੁੜ ਖਾਣਗੇ, ਠੀਕ ਹੈ। ਨੈਕਸਟ ਆ ਜੂਗਾ ਜੀ ਜੱਗ, ਠੀਕ ਹੈ, ਇਹ ਜੱਗ ਬਹੁਤ ਵੱਡਾ ਹੈ, ਪਾਣੀ ਵਾਲਾ ਜੱਗ ਇੱਧਰ ਲੈ ਕੇ ਆਓ। ਦੋ ਵੱਖ ਵੱਖ ਅਰਥ ਦੱਸਣੇ ਸੀ, ਦੱਸਤੇ, ਆਥਣ, ਆਥਣ ਸ਼ਬਦ ਦੇ ਦੋ ਸਮਾਨ ਅਰਥਕ ਸ਼ਬਦ, ਇੱਕ ਤਾਂ ਸ਼ਾਮ ਹੋ ਜੂਗੀ, ਇੱਕ ਹੋ ਜੂਗੀ, ਅਤੇ ਇੱਕ ਆ ਜੂਗੀ ਦੋਸਤੋ ਤ੍ਰਿਕਾਲਾ, ਠੀਕ ਹੈ, ਤ੍ਰਿਕਾਲਾ, ਤੱਤੇ ਦੇ ਪੈਰ ਚਰਾਰਾ, ਤ੍ਰਿਕਾਲਾ। ਨੈਕਸਟ ਆ ਜੀ ਜਿਹੜੇ ਇੱਕੋ ਸਮੇਂ ਹੋਣ ਉਹਨਾਂ ਨੂੰ ਬਹੁਤੇ ਸ਼ਬਦਾਂ ਦੀ ਥਾਂ ਲਿਖ ਦਿਓ, ਠੀਕ ਹੈ ਜੀ। ਕੀ ਹੁੰਦੇ ਆ ਜੀ? ਸਮਕਾਲੀ, ਠੀਕ ਹੈ, ਸਮਕਾਲੀ। ਅਤੇ ਦੋਸਤੋ ਇੱਥੇ ਹੀ ਆਪਣਾ ਇਹ ਪੇਪਰ ਵੀ ਖਤਮ ਹੁੰਦਾ ਵਾ। ਜੇ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਰ ਦਿਓ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਚਲੋ ਦੋਸਤੋ, ਚੰਗਾ, ਬਾਏ।